ਪਰ ਜਦੋਂ ਕਿਸਾਨੀ ਅੰਦੋਲਨ ਦੇ ਇਥੋਂ ਕਿੰਨੀਆਂ ਗੱਡੀਆਂ ਸਿੱਧਵਾਂ ਦੋਨਾਂ ਪਿੰਡ ਦੇ ਵਿੱਚੋਂ ਜਾਂਦੀਆਂ ਸੀਗੀਆਂ ਤਾਂ ਨਹੀਂ ਪਹਿਲਾਂ ਸ਼ੁਰੂਆਤ ਦੇ ਵਿੱਚ ਲੱਗਿਆ ਵੀ ਇਹ ਮੈਂ ਕਿਹੜੇ ਕੰਮ ਦੇ ਵਿੱਚ ਉਹ ਇਆਂ ਤੁਹਾਨੂੰ ਲੱਗਦਾ ਕਿ ਜ਼ਿਮੀਦਾਰਾਂ ਦਾ ਗੁਜ਼ਾਰਾ ਹੈਗਾ ਪੈਲੀਆਂ ਦੇ ਨਾਲ ਜੀ ਇਹ ਕਹਿੰਦਾ ਸਾਡਾ ਗੱਡੀਆਂ ਧੋਣ ਦਾ ਕੰਮ ਹੈ ਚਲ ਅਸੀਂ ਵੀ ਕਿਸਾਨ ਪਰਿਵਾਰ ਨਾਲ ਸੰਬੰਧਿਤ ਆ ਸਰ ਬਾਹਰ ਜਾਣ ਦੇ ਲਈ ਪਾਸਪੋਰਟ ਹੀ ਡੀਕਣਾ ਚਾਹੀਦਾ ਕਿ ਕਦੋਂ ਵੀਜ਼ਾ ਲੱਗੂ ਤਾਂ ਮੈਂ ਬਾਹਰ ਜਾ ਕੇ ਕੰਮ ਕਰਨਾ ਨਹੀਂ ਜੀ ਜ਼ਿਮੀਦਾਰੀ ਦੇ ਵਿੱਚ ਜੀ ਖਰਚੇ ਵੱਧ ਗਏ ਜੀ ਕਮਾਈ ਘਟ ਗਈ ਆ ਜੀ ਹਾਂਜੀ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਅੱਜ ਅਸੀਂ ਖੜੇ ਆ ਜੀ ਪਿੰਡ ਸਿੱਧਵਾਂ ਦੋਨਾ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਇੱਕ ਇਹੋ ਜਿਹੇ ਨੌਜਵਾਨ ਦੇ ਕੋਲ ਜਿਹਦੀ ਉਮਰ ਤਕਰੀਬਨ 32 ਸਾਲ ਦੇ ਕਰੀਬ ਹੈ ਜਿਹਦਾ ਨਾਮ ਸਤਨਾਮ ਸਿੰਘ ਸਿੱਧੂ ਹੈ ਤੇ ਜਦੋਂ ਅਸੀਂ ਖਾਸੀਅਤ ਦੀ ਗੱਲ ਕਰਦੇ ਆ ਖਾਸੀਅਤ ਇਹ ਹੈ ਕਿ ਜ਼ਿਮੀਦਾਰ ਪਰਿਵਾਰ ਦੇ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਵੀ ਇਸ ਨੌਜਵਾਨ ਨੇ ਕਿਸੇ ਕੰਮ ਨੂੰ ਵੱਡਾ ਛੋਟਾ ਨਹੀਂ ਸਮਝਿਆ ਉਹਦਾ ਆਪਣਾ ਇੱਥੇ ਸਿੱਧੂ ਕਾਰ ਵਾਸ਼ ਹੈ ਜਿੱਥੇ ਉਹ ਗੱਡੀਆਂ ਜਿਹੜੀਆਂ ਧੋਣ ਦਾ ਕੰਮ ਕਰਦਾ ਪਰ ਇਹ 'ਚ ਹੁਣ ਲੋਕ ਇਹ ਸੋਚਦੇ ਹੋਣਗੇ ਕਿ ਇਹਦੇ 'ਚ ਕਿਹੜੀ ਵੱਡੀ ਖਾਸੀਅਤ ਹੈ ਕਿ ਗੱਡੀਆਂ ਧੋਣ ਵਾਲੇ ਜਿਹੜੀਆਂ ਵਰਕਸ਼ਾਪਸ ਨੇ ਤਾਂ ਬਹੁਤ ਸਾਰੀਆਂ ਨੇ ਦਰਸ਼ਕਾਂ ਨੂੰ ਇਹ ਦੱਸ ਦਈਏ ਕਿ ਅੱਜ ਜਿਹੜੀ ਇੱਥੇ ਗੱਲਬਾਤ ਕਰਨ ਦਾ ਸਿਲਸਿਲਾ ਹੈ ਜਾਂ ਗੱਲਬਾਤ ਕਰਨ ਦਾ ਜਿਹੜਾ ਮਕਸਦ ਹੈ ਹਾਂਜੀ ਪੰਜਾਬ ਚੈਨਲ ਦੀ ਟੀਮ ਦਾ ਉਹ ਇਹ ਹੈ ਕਿ ਕਿਸਾਨੀ ਅੰਦੋਲਨ ਹੁਣੇ ਨਿਕਲ ਕੇ ਗਿਆ ਸੋ ਕਿਸਾਨੀ ਅੰਦੋਲਨ ਦੇ ਵਿੱਚ ਜਿੰਨੀਆਂ ਵੀ ਗੱਡੀਆਂ ਇੱਥੋਂ ਜਾਂਦੀਆਂ ਰਹੀਆਂ ਦਿੱਲੀ ਸਿੰਘੂ ਟਿਕਰੀ ਬਾਰਡਰ ਦੇ ਉੱਤੇ ਉਹਨਾਂ ਗੱਡੀਆਂ ਨੂੰ ਫ੍ਰੀ ਨੌਜਵਾਨ ਨੇ ਜਿਹੜੀ ਸਰਵਿਸ ਦਿੱਤੀ ਹੈ ਉਹਨਾਂ ਨੂੰ ਵਾਸ਼ਿੰਗ ਤੋਂ ਲੈ ਕੇ ਕਿਸੇ ਤਰ੍ਹਾਂ ਦੀ ਵੀ ਸਹੂਲਤ ਸੀਗੀ ਇੱਥੋਂ ਤੱਕ ਕਿ ਉਹਨਾਂ ਦਾ ਚਾਹ ਪਾਣੀ ਦਾ ਪ੍ਰਬੰਧ ਵੀ ਇੱਥੇ ਕੀਤਾ ਗਿਆ ਸੋ ਉਸ ਤੋਂ ਬਾਅਦ ਕੋਰੋਨਾ ਕਾਲ ਦੇ ਵਿੱਚੋਂ ਵੀ ਇਹ ਨੌਜਵਾਨ ਲੰਘਿਆ ਪਰ ਕਿਵੇਂ ਆਪਣੇ ਹਾਲਾਤਾਂ ਦੇ ਨਾਲ ਲੜਦੇ ਹੋਏ ਡਟੇ ਰਹੇ ਇਹ ਨੌਜਵਾਨ ਆਪਣੇ ਪਰਿਵਾਰ ਨੂੰ ਜਿਹੜੇ ਸੰਭਾਲ ਰਹੇ ਨੇ ਪਾਲ ਰਹੇ ਨੇ ਸੋ ਸਤਨਾਮ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਸਤਨਾਮ ਹਾਂਜੀ ਪੰਜਾਬ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਬਹੁਤ ਅੱਛਾ ਸਭ ਤੋਂ ਪਹਿਲੀ ਗੱਲ ਜਿਹੜੀ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਕਿ ਕਿਸਾਨੀ ਅੰਦੋਲਨ ਹੈ ਨਾ ਹਜੇ 5-6 ਮਹੀਨੇ ਹੋਏ ਆ ਲੰਘ ਕੇ ਗਏ ਨੂੰ ਉਸ ਤੋਂ ਪਹਿਲਾਂ ਕਰੋਨਾ ਵੀ ਲੰਘ ਕੇ ਗਿਆ ਕਰੋਨਾ ਵੀ ਆਪਾਂ ਸਾਰਿਆਂ ਨੇ ਕੱਟਿਆ ਤੇ ਪਰ ਜਦੋਂ ਕਿਸਾਨੀ ਅੰਦੋਲਨ ਦੇ ਇਥੋਂ ਕਿੰਨੀਆਂ ਗੱਡੀਆਂ ਸਿੱਧਵਾਂ ਦੋਨਾਂ ਪਿੰਡ ਦੇ ਵਿੱਚੋਂ ਜਾਂਦੀਆਂ ਸੀਗੀਆਂ ਤਕਰੀਬਨ ਕਿੰਨੀਆਂ ਗੱਡੀਆਂ ਜਾਂਦੀਆਂ ਹੋਣਗੀਆਂ ਰੋਜ਼ ਰੋਜ਼ ਦੇ ਵਿੱਚ 4-5-7 ਗੱਡੀਆਂ ਦੇ ਵਿੱਚ ਕੋਈ ਆਉਂਦੀ ਸੀ ਜਾਂ ਆਉਣ ਵਾਲੀ ਨੂੰ ਵੀ ਧੋਂਦੇ ਸੀਗੇ ਤੇ ਜਿਹੜੀ ਜਾਂਦੀ ਸੀ ਉਹਨੂੰ ਮਤਲਬ 5-7 ਗੱਡੀਆਂ ਜਿਹੜੀਆਂ ਰੋਜ਼ਾਨਾ ਦੀਆਂ ਜਾਂਦੀਆਂ ਤੇ ਮਹੀਨੇ ਦੀਆਂ ਆਪਾਂ ਲਾ ਕੇ ਚੱਲੀਏ ਉਹ ਕਾਫੀ ਗੱਡੀਆਂ ਹੋ ਗਈਆਂ ਹਾਂਜੀ ਉਹਦੇ ਵਿੱਚ ਜਿੰਨਾ ਮੈਂ ਦੋ ਵਾਰੀ ਜਾ ਕੇ ਵੀ ਆਇਆ ਉੱਥੇ ਲੋਕ ਬਹੁਤ ਜ਼ਿਆਦਾ ਸੇਵਾ ਕਰਦੇ ਸੀ ਮੈਂ ਕਿਹਾ ਸਾਡਾ ਗੱਡੀਆਂ ਧੋਣ ਦਾ ਕੰਮ ਹੈ ਚੱਲ ਅਸੀਂ ਵੀ ਕਿਸਾਨ ਪਰਿਵਾਰ ਨਾਲ ਸੰਬੰਧਿਤ ਹਾਂ ਤਾਂ ਅਸੀਂ ਇੰਨਾ ਕੰਮ ਵੀ ਨਹੀਂ ਕਰ ਸਕਦੇ ਇਸ ਕਰਕੇ ਫਿਰ ਜਿੰਨਾ ਚਿਰ 26 ਜਨਵਰੀ ਤੱਕ ਮੈਂ ਫਿਰ ਫ੍ਰੀ ਕੀਤੀ ਜੀ ਅੱਛਾ ਤੇ ਅੱਛਾ ਜਦੋਂ ਆਪਾਂ ਗੱਡੀ ਧੋਣ ਦੀ ਇੱਕ ਗੱਲ ਕਰਦੇ ਆ ਐਸਟੀਮੇਟ ਅੰਦਾਜ਼ਾ ਅਗਰ ਲੈ ਕੇ ਚੱਲੀਏ ਇੱਕ ਗੱਡੀ ਵੈਕਿਊਮ ਦੇ ਨਾਲ ਜਦੋਂ ਧੋਣ ਦੀ ਆਪਾਂ ਗੱਲ ਕਰਦੇ ਕਿੰਨਾ ਕੁ ਜਿਹੜਾ ਤੁਸੀਂ ਪੈਸੇ ਲੈਂਦੇ ਹੋ ਖਰਚਾ 200 ਤੋਂ 300 ਰੁਪਏ 300 ਰੁਪਈਆ ਤੇ ਜੇ ਅਸੀਂ ਲੈ ਕੇ ਚੱਲੀਏ ਕਿ ਅਗਰ ਇੱਕ ਮਹੀਨੇ ਦੇ ਵਿੱਚ ਇੱਥੋਂ ਤਕਰੀਬਨ ਅਗਰ 30 ਦਿਨ ਨੇ ਤੇ 1500 ਅਗਰ ਗੱਡੀਆਂ ਫ੍ਰੀ ਧੋਤੀਆਂ ਤੇ 1500 ਨੂੰ ਅਗਰ 300 ਨਾਲ ਅਸੀਂ ਮਲਟੀਪਲਾਈ ਕੀਤੀਏ ਕਰੀਏ ਤਾਂ ਅਸੀਂ ਲੈ ਕੇ ਚੱਲੀਏ ਕਿ ਅਮਾਊਂਟ ਬਣਦੀ ਹੈ ਵਧੀਆ ਜਿੰਨਾ ਪਰਿਵਾਰ ਦਾ ਖਰਚਾ ਚੱਲਦਾ ਸੋ ਕਦੀ ਉਹ ਜਮ੍ਹਾਂ ਘਟਾਓ ਨਹੀਂ ਕੀਤਾ ਇਸ ਚੀਜ਼ ਦਾ ਵੀ ਇੰਨਾ ਖਰਚਾ ਜਿਹੜਾ ਮੈਨੂੰ ਫਾਇਦਾ ਹੋ ਸਕਦਾ ਸੀ ਇਸ ਚੀਜ਼ ਦਾ ਜ਼ਿਮੀਦਾਰ ਪਰਿਵਾਰ ਦੇ ਨਾਲ ਆ ਜੀ ਤੇ ਜੇ ਉਹ ਸਾਰਿਆਂ ਦੇ ਨਾਲ ਹੀ ਸੀ ਨੁਕਸਾਨ ਪਹਿਲਾਂ ਜ਼ਮੀਨਾਂ ਦੇ ਵਾਲਿਆਂ ਜੇ ਜ਼ਮੀਨਾਂ ਹੈਗੀਆਂ ਤੇ ਕੰਮ ਪਾਏ ਆ ਜੀ ਜੇ ਜ਼ਮੀਨ ਨਾ ਹੁੰਦੀ ਤਾਂ ਫਿਰ ਕੰਮ ਕਿੱਥੇ ਪਾਉਣਾ ਸੀਗਾ ਜੀ ਹਾਂਜੀ ਕੰਮ ਪਾਉਣ ਦਾ ਵੀ ਇਹ ਵੀ ਜ਼ਮੀਨ ਸ਼ਰਕ ਤੇ ਜ਼ਮੀਨ ਆ ਕੋਈ ਨਾ ਕੋਈ ਇਹਦਾ ਫਾਇਦਾ ਵੀ ਨਾਲ ਵਾਇਦੇ ਨਾਲ ਨਾਲ ਕੋਈ ਇਹੋ ਜਿਹਾ ਕੰਮ ਵੀ ਪਾਇਆ ਜਾਵੇ ਤੇ ਜਿਹਦਾ ਨਾਲ ਫਾਇਦਾ ਹੋ ਸਕੇ ਅੱਛਾ ਜਿਹੜੇ ਪਿੱਛੇ ਅਸੀਂ ਦੇਖ ਰਹੇ ਖੇਤ ਆ ਪਿੱਛੇ ਤੁਹਾਡੇ ਤੇ ਮੱਕੀ ਦਾ ਇਸ ਟਾਈਮ ਖੇਤ ਜਿਹੜਾ ਫਸਲ ਲੱਗੀ ਹੋਈ ਹੈ ਇਹ ਤੁਹਾਡੇ ਆਪਣੀ ਪੈਲੀ ਹੈ ਹਾਂਜੀ ਆਪਣੀ ਪੈਲੀ ਅੱਛਾ ਨਾਲ ਤੁਸੀਂ ਵਾਈ ਕਰਦੇ ਹੋ ਖੇਤੀ ਸੰਭਾਲ ਰਹੇ ਹੋ ਤੇ ਨਾਲ ਦੇ ਨਾਲ ਇੱਥੇ ਕਾਰ ਵਾਸ਼ਦਾ ਹੈ ਅੱਛਾ ਕਰੋਨਾ ਕਾਲ ਵੀ ਲੰਘਿਆ ਕਰੋਨਾ ਕਾਲ ਦੇ ਵਿੱਚ ਵੀ ਲੋਕਾਂ ਨੂੰ ਰੋਟੀ ਪਾਣੀ ਤੋਂ ਮਹਤਾਜ ਲੋਕੀ ਹੋ ਗਏ ਹੈ ਨਾ ਨੌਜਵਾਨ ਜਿਹੜੇ ਸੀ ਘਰੇ ਬੈਠੇ ਰਹੇ ਕੁਝ ਨਹੀਂ ਉਹਨਾਂ ਨੇ ਕੰਮਕਾਰ ਕੀਤਾ ਤੇ ਉਸ ਤੋਂ ਬਾਅਦ ਜਦੋਂ ਕੰਮਕਾਰ ਹੁਣ ਸ਼ੁਰੂ ਹੋਇਆ ਹੁਣ ਕਿੰਨਾ ਦਾ ਹੰਗਾਰਾ ਆਇਆ ਕੰਮਕਾਰ ਵਧੀਆ ਜੀ ਬਾਬੇ ਕਿਰਪਾ ਨਾਲ ਕੰਮਕਾਰ ਆਪਣੇ ਇਲਾਕੇ ਦੇ ਵਿੱਚ ਵਧੀਆ ਕੰਮਕਾਰ ਚੱਲ ਰਿਹਾ ਜੀ ਹਾਂਜੀ ਤੇ ਜਦੋਂ ਆਪਾਂ ਗੱਲ ਕਰਦੇ ਆ ਕਿ ਆਪਾਂ ਜਦੋਂ ਜੱਟ ਸਿੱਖ ਪਰਿਵਾਰਾਂ ਦੀ ਗੱਲ ਕਰਦੇ ਆ ਜ਼ਿਮੀਦਾਰ ਪਰਿਵਾਰਾਂ ਦੀ ਗੱਲ ਕਰਦੇ ਆ ਤੇ ਸਾਡੇ ਬੱਚੇ ਜਿਹੜੇ ਉਹ ਨੋਰਮਲੀ ਇਹ ਕਹਿੰਦੇ ਆ ਕਿ ਮੈਂ ਜ਼ਿਮੀਦਾਰ ਪਰਿਵਾਰ ਦੇ ਵਿੱਚ ਜੰਮਿਆ ਕਿਸਾਨੀ ਪਰਿਵਾਰ ਦੇ ਵਿੱਚ ਸੋ ਮੈਂ ਸਿਰਫ ਮੈਂ ਖੇਤੀਬਾੜੀ ਕਰਨੀ ਹੈ ਉਹ ਵੀ ਮੇਰੇ ਕੋਲ ਟਰੈਕਟਰ ਹੋਣਾ ਚਾਹੀਦਾ ਜੀ 4-5 ਮੇਰੇ ਕੋਲ ਸੀਰੀ ਹੋਣੇ ਚਾਹੀਦੇ ਆ ਤੇ ਮੇਰੇ ਕੋਲ ਹਲਾਂ ਤਵੀਆਂ ਸਭ ਕੁਝ ਮੇਰੇ ਕੋਲ ਆਪਣਾ ਹੋਣਾ ਚਾਹੀਦਾ ਮੈਂ ਜਾਵਾਂ ਹੁਕਮ ਚਲਾਵਾਂ ਤੇ ਕੰਮ ਕਰਾ ਕੇ ਘਰੇ ਆ ਜਾਵਾਂ ਇਦਾਂ ਨਹੀਂ ਕਦੀ ਮਹਿਸੂਸ ਹੋਇਆ ਵੀ ਮੈਂ ਇਹ ਕਿਹੜਾ ਕੰਮ ਕਰਦਾ ਪਿਆ ਮੈਂ ਕਾਰ ਵਾਸ਼ ਕਿਉਂ ਕਰਾਂ ਮੈਂ ਵੀ ਜ਼ਿਮੀਦਾਰ ਪਰਿਵਾਰ ਦੇ ਵਿੱਚੋਂ ਨਹੀਂ ਪਹਿਲਾਂ ਸ਼ੁਰੂਆਤ ਦੇ ਵਿੱਚ ਲੱਗਿਆ ਵੀ ਇਹ ਮੈਂ ਕਿਹੜੇ ਕੰਮ ਦੇ ਵਿੱਚ ਉਹ ਪਰ ਹੌਲੀ ਹੌਲੀ ਜਦੋਂ ਕੰਮ ਦੇ ਵਿੱਚ ਜੋ ਬਾਹਰ ਜਾਂਦੇ ਆ ਬਾਹਰ NRI ਬਹੁ ਆਉਂਦੇ ਕਹਿੰਦੇ ਹਾਂ ਅਸੀਂ ਵੀ ਇਹ ਕੁਛ ਕਰਦੇ ਹਾਂ ਬਾਹਰ ਜਾ ਕੇ ਜੇ ਅਸੀਂ ਸਰਵ ਸਟੇਸ਼ਨ ਦੇ ਕੰਮ ਕਰ ਸਕਦੇ ਹਾਂ ਤਾਂ ਅਸੀਂ ਆਪਦਾ ਖੋਲ੍ਹ ਕੇ ਕਾਹਤੋਂ ਨਹੀਂ ਕਰ ਸਕਦੇ ਇਸ ਕਰਕੇ ਕਈ ਲੱਤਾਂ ਖਿੱਚਣ ਵਾਲੇ ਵੀ ਹੁੰਦੇ ਕਈ ਜਦੋਂ ਬਾਹਰੋਂ ਆਉਂਦੇ ਆ ਉਹ ਹੌਸਲਾ ਵੀ ਦਿੰਦੇ ਵੀ ਅਸੀਂ ਵੀ ਇਹੋ ਕੁਛ ਹੀ ਕਰਦੇ ਹਾਂ ਜੀ ਤੇ ਪਹਿਲਾਂ ਲੱਗਿਆ ਬਾਅਦ ਦੇ ਵਿੱਚ ਤਾਂ ਕੋਈ ਗੱਲ ਨਹੀਂ ਅੱਛਾ ਇਹ ਕੰਮ ਸਿੱਖਿਆ ਵੀ ਸੀਗਾ ਕਿਤੋਂ ਹਾਂਜੀ ਮੈਂ ਜਾਣਦਾ ਰਿਹਾ ਜੀ ਮੈਂ ਪਹਿਲਾਂ ਮੈਂ ਸੀਗਾ ਮਕੈਨਿਕ ਦਾ ਸਿੱਖਣ ਗਿਆ ਜੀ ਰਿਪੇਅਰ ਦਾ ਜੀ ਉਹਦੇ ਤੋਂ ਫਿਰ ਮੈਨੂੰ ਇਹਦਾ ਆਈਡੀਆ ਆ ਗਿਆ ਜੀ ਵੀ ਮੈਂ ਸਿੱਖਣ ਨੂੰ ਕੰਮ ਨੂੰ ਟਾਈਮ ਲੱਗਣਾ ਜੀ
जे कोई नाल कोई सहायक धंधा हैगा तो अज के टाइम दे विच रोटी पानी नसीब हो सकदा है, नहीं तो औखा है जी। छोटे जिमदार दा खास करके जी, जिहड़े नौजवान जिहड़े तुरे फिरदे आ फालतू, जदों पढ़ लैंदे आ नौकरियां नहीं करदे, ना कॉलेज जांदे आ ना कोई काम कार करदे आ, आके कदी अड्डे ते बह गए कदी किते बह गए, है ना जी। की तुहानूं लगदा सतनाम की कहना चाहोगे उहनां नूं कि की सानूं सिर्फ बाहर जाण दे लई पासपोर्ट ही उड़ीकना चाहीदा कि कदों वीजा लगू तो मैं बाहर जाके काम करना, तो इत्थे अपने देश दे विच रह के इत्थे काम करना जिहड़ा आ किन्ना कु जरूरी आ? जिन्ना चिर इत्थे आ उन्ना चिर तो काम कर लेना चाहीदा, जे इह आ बाहर तों बिना सर्द भी नहीं रहा जी इत्थे, ना कोई रोजगार पैदा हो रहा जी, जे तो जिमीदारे वास्ते वाही थोड़ी आ जी, उहदा भी नहीं उन्नी वाही दे नाल गुजारा हो रहा, तो इस करके बाहर नूं भज रहे आ जी। जिन्ना कु काम मेरे वल्लों तो जिन्ना भी इत्थे लभदा होवे उन्ना कर लेना चाहीदा जी। ਜਿਹੜੇ ਕੋਈ ਬੱਚੇ ਤੁਹਾਡੇ ਕੋਲ ਮੰਨ ਲਓ ਪਿੰਡ ਦੇ ਵਿੱਚੋਂ ਆਪਣੇ ਮੁੰਡੇ ਆਉਂਦੇ ਆ, ਜਾਂ ਕਦੀ ਕੋਈ ਕਹਿੰਦੇ ਆ ਕਿ ਵੀ ਭਾਜੀ ਸਾਨੂੰ ਵੀ ਸਿਖਾ ਦਿਓ ਕੰਮ, ਵੀ ਅਸੀਂ ਵੀ ਆਪਣਾ ਕੰਮ ਕਰਨਾ ਚਾਹੁੰਦੇ ਇੱਦਾਂ? ਨਹੀਂ ਆਉਂਦੇ ਆ ਜੀ, ਕਈ ਹੁਣ ਮੁੰਡੇ ਮੇਰੇ ਨਾਲ ਦੋ ਤਿੰਨ ਮੁੰਡੇ ਕੰਮ ਵੀ ਕਰ ਰਹੇ ਆ, ਹਾਂਜੀ ਆਉਂਦੇ ਆ ਜੀ। ਠੀਕ ਹੈ, ਸੋ ਇਹ ਗੱਲਬਾਤ ਸੀਗੀ ਸਤਨਾਮ ਸਿੰਘ ਸਿੱਧੂ ਦੇ ਨਾਲ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਨੌਜਵਾਨਾਂ ਦੇ ਭਵਿੱਖ ਨੂੰ ਲੈ ਕੇ ਤਾਂ ਇਹ ਬਹੁਤ ਵੱਡਾ ਸਵਾਲ ਆਉਂਦਾ ਕਿ ਬੱਚੇ ਤਾਂ ਆਪਣੇ ਤੌਰ 'ਤੇ ਹੰਭਲਾ ਮਾਰ ਰਹੇ ਆ, ਖੇਤੀਬਾੜੀ ਵੀ ਉਹ ਨਾਲ ਕਰ ਰਹੇ ਨੇ, ਨਾਲ ਦੀ ਨਾਲ ਆਪਣਾ ਕਾਰ ਵਾਸ਼ ਦਾ ਕੰਮ ਵੀ ਸ਼ੁਰੂ ਕੀਤਾ ਤਾਂ ਕਿ ਦੋਨੋਂ ਚੀਜ਼ਾਂ ਮਿਲਾ ਕੇ ਪਰਿਵਾਰ ਦਾ ਗੁਜ਼ਾਰਾ ਕੀਤਾ ਜਾ ਸਕੇ। ਪਰ ਗੁਜ਼ਾਰਿਸ਼ ਸਰਕਾਰਾਂ ਦੇ ਅੱਗੇ ਵੀ ਕਿ ਜਿੱਥੇ ਅਸੀਂ ਖਾਦ ਦੀ, ਯੂਰੀਆ ਦੀ ਗੱਲ ਕਰਦੇ ਹਾਂ, ਸਪਰੇਹਾਂ ਦੀ, ਦਵਾਈਆਂ ਦੀ ਗੱਲ ਕਰਦੇ ਹਾਂ, ਉਹਦੇ ਖਰਚੇ ਜਿਹੜੇ ਘਟਾਏ ਜਾਣ, ਕਿਸਾਨੀ ਨੂੰ ਮਦਦ ਦਿੱਤੀ ਜਾਵੇ ਤਾਂ ਕਿ ਜਿਹੜੇ ਨੌਜਵਾਨ ਕਿਸਾਨੀ ਪਰਿਵਾਰ ਦੇ ਨਾਲ ਜੁੜੇ ਹੋਏ ਨੇ ਉਹ ਗਲਤ ਸੰਗਤ ਦੇ ਵਿੱਚੋਂ ਬਚਣ ਅਤੇ ਆਪਣੇ ਪਰਿਵਾਰਾਂ ਦੇ ਲਈ ਰੋਜ਼ੀ ਰੋਟੀ ਦਾ ਉਹ ਬਹੁਤ ਪ੍ਰਬੰਧ ਜਿਹੜਾ ਵਧੀਆ ਉਹ ਕਰ ਸਕਣ। ਬਹੁਤ ਬਹੁਤ ਧੰਨਵਾਦ।